हाँ जी, सत श्री अकाल जी सारे पंजाब वासियों नू। चैनल पंजाब वैदर जाने कि पंजाब दा मौसम वे तुहाडा सब दा बहुत स्वागत है। जिवें कि आपां समय समय ते मौसम दी जानकारी तुहाडे लई लै के हाजिर हुंदे आ, ते अज फिर मौसम दी जानकारी लैके आए हाँ 12 तो 14 दसंबर। भी इन्हां दिनां विच किहड़ा पछमी सिस्टम आ पंजाब दे इलाकां नू काफ़ी प्रभावित करन जा रहा। पंजाब विच काफ़ी इलाकों में मीँह पैण दे आसार जो फिलहाल हुण बन रहे ने, ਤੇ ਇਹਦੇ ਸੰਬੰਧੀ ਅੱਜ ਜਾਣਕਾਰੀ ਸਾਂਝੀ ਕਰਾਂਗੇ। ਜਿਵੇਂ ਕਿ ਆਪਾਂ ਪਿਛਲੀ ਵੀਡੀਓ ਜਾਰੀ ਕੀਤੀ ਸੀਗੀ 1 ਦਸੰਬਰ ਨੂੰ ਪੂਰੇ ਦਸੰਬਰ ਮਹੀਨੇ ਦੀ ਮੌਸਮ ਜਾਣਕਾਰੀ, ਉਹਦੇ ਵਿੱਚ ਵੀ ਆਪਾਂ ਪਹਿਲਾਂ ਦੱਸਿਆ ਸੀਗਾ ਕਿ 12 ਤੋਂ 14 ਦਸੰਬਰ ਪੰਜਾਬ ਵਿੱਚ ਮੀਂਹ ਪੈਣ ਦੇ ਆਸਾਰ ਬਣ ਰਹੇ ਨੇ ਕਿਉਂਕਿ ਇੱਕ ਪੱਛਮੀ ਸਿਸਟਮ ਪੰਜਾਬ ਦੇ ਨੇੜੇ ਆ ਰਿਹਾ ਹੈ। ਅਤੇ ਉਹੀ ਅੱਜ ਜਾਣਕਾਰੀ ਆਪਾਂ ਸਪੈਸ਼ਲ 12 ਤੋਂ 14 ਦਸੰਬਰ ਦੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਜੇਕਰ ਤੁਸੀਂ ਪੂਰੇ ਦਸੰਬਰ ਮਹੀਨੇ ਦੀ ਉਹ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਮਿਲ ਜਾਵੇਗੀ। ਸੋ ਇਸ ਤਰ੍ਹਾਂ ਦੀਆਂ ਮੌਸਮ ਦੀਆਂ ਲਗਾਤਾਰ ਅਪਡੇਟ ਪ੍ਰਾਪਤ ਕਰਦੇ ਰਹਿਣ ਲਈ ਪੰਜਾਬ ਵੈਦਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਘੰਟੀ ਵਾਲਾ ਬਟਨ ਵੀ ਦੱਬ ਲਿਓ ਤਾਂ ਜਿਹੜੀ ਮੌਸਮ ਦੀ ਜਾਣਕਾਰੀ ਆ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ। ਅਤੇ ਹੁਣ ਗੱਲ ਕਰਦੇ ਹਾਂ ਮੌਸਮ ਦੀ। ਜਿਹੜਾ ਇੱਕ ਪੱਛਮੀ ਸਿਸਟਮ ਆ ਉਹ ਪੰਜਾਬ ਨਾਲ ਲੱਗਦੇ ਇਲਾਕੇ ਜਿਹੜੇ ਪਹਾੜੀ ਇਲਾਕੇ ਨੇ ਉਹਨਾਂ ਵਿੱਚ 11 ਦਸੰਬਰ ਤੋਂ ਤਕਰੀਬਨ ਪਹੁੰਚ ਰਿਹਾ ਹੈ ਅਤੇ ਪੰਜਾਬ ਦੇ ਇਲਾਕਿਆਂ ਨੂੰ 12 ਦਸੰਬਰ ਤੋਂ ਪ੍ਰਭਾਵਿਤ ਕਰਨਾ ਆਰੰਭ ਕਰੇਗਾ। 12 ਦਸੰਬਰ ਨੂੰ ਪੰਜਾਬ ਦੇ ਜਿਹੜੇ ਕਹਿ ਸਕਦੇ ਆਪਾਂ ਮਾਝਾ ਅਤੇ ਦੁਆਬਾ ਦੇ ਇਲਾਕੇ ਹੋਣਗੇ, ਇਹਨਾਂ ਇਲਾਕਿਆਂ ਵਿੱਚ ਬੱਦਲਵਾਈ ਬਣਨੀ ਸਟਾਰਟ ਹੋ ਜਾਵੇਗੀ। 1-2 ਸਥਾਨ ਦਾ ਤਾਂ ਸੰਘਣੀ ਬੱਦਲਵਾਈ ਵੀ ਦੇਖੀ ਸਕਦੀ ਹੈ। ਕਈ ਇਲਾਕਿਆਂ ਵਿੱਚ ਮੀਂਹ ਵੀ ਪਵੇਗਾ ਜਿਹੜਾ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਵਿੱਚ ਹੋ ਸਕਦਾ ਹੈ ਅਤੇ ਬੱਦਲੀ ਕਾਰਵਾਈਆਂ ਹੋਣਗੀਆਂ ਜਿਹੜੀਆਂ 12 ਅਤੇ 13 ਦਸੰਬਰ ਤੱਕ ਚੱਲਦੀਆਂ ਰਹਿਣਗੀਆਂ। 14 ਦਸੰਬਰ ਨੂੰ ਵੀ ਕੁਝ ਇਲਾਕਿਆਂ ਵਿੱਚ ਬੱਦਲਵਾਈ ਦੇਖੀ ਜਾ ਸਕਦੀ ਹੈ ਅਤੇ ਜਿਹੜਾ ਮੌਸਮ ਸਾਫ਼ ਹੋਣ ਦੀ ਉਮੀਦ ਹੈ ਉਹ ਤਕਰੀਬਨ ਇਹਨਾਂ ਦਿਨਾਂ ਵਿੱਚ ਫਿਲਹਾਲ ਨਹੀਂ ਹੈ। ਅਤੇ ਇਸ ਸਿਸਟਮ ਨਾਲ ਤਕਰੀਬਨ ਪੰਜਾਬ ਦੇ ਗੱਲ ਕਰੀਏ ਆਪਾਂ 70 ਤੋਂ ਲੈ ਕੇ 80-90% ਇਲਾਕਿਆਂ ਤੱਕ ਜਿਹੜੇ ਇਲਾਕੇ ਹੋਣਗੇ ਉਹ ਪ੍ਰਭਾਵਿਤ ਹੋਣਗੇ, ਉਹਨਾਂ ਵਿੱਚ ਬੱਦਲਵਾਈ ਬਣੇਗੀ। ਕੁਝ ਇਲਾਕਿਆਂ ਵਿੱਚ ਬੱਦਲਵਾਈ ਹਾਲਾਂਕਿ ਹਲਕੀ ਵੀ ਰਹਿ ਸਕਦੀ ਹੈ, ਪਰ ਜੇ ਤਕਰੀਬਨ ਇਹ ਸਿਸਟਮ ਆਉਣ ਵਿੱਚ ਵਜੇ ਤਕਰੀਬਨ 7 ਤੋਂ 8 ਦਿਨ ਬਾਕੀ ਨੇ। ਅਤੇ ਇਹਨਾਂ ਦਿਨਾਂ ਵਿੱਚ ਜੇ ਆਪਾਂ ਇਲਾਕਿਆਂ ਜਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਵੀ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਪੈਣ ਦੇ ਆਸਾਰ ਨੇ ਤਾਂ ਉਹ ਤਕਰੀਬਨ ਸਹੀ ਨਹੀਂ ਹੋਵੇਗਾ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਥੋੜ੍ਹੀ ਜਿਹਾ ਬਦਲਾਅ ਵੀ ਹੋ ਸਕਦਾ ਹੈ, ਮੀਂਹ ਦੀ ਮਾਤਰਾ ਘੱਟ ਜਾਂ ਵੱਧ ਵੀ ਹੋ ਸਕਦੀ ਹੈ। ਸੋ 2-4 ਦਿਨਾਂ ਤੱਕ ਆਪਾਂ ਅਗਲੀ ਵੀਡੀਓ ਸਾਂਝੀ ਕਰਾਂਗੇ, ਉਹਦੇ ਵਿੱਚ ਆਪਾਂ ਮੇਨ ਤੌਰ 'ਤੇ ਸਾਰੇ ਜ਼ਿਲ੍ਹਿਆਂ ਦੀ ਗੱਲ ਕਰਾਂਗੇ। ਅਤੇ ਹੁਣ ਫਿਲਹਾਲ ਇਹੀ ਜਾਣਕਾਰੀ ਹੈ ਵੀ ਪੰਜਾਬ ਵਿੱਚ 12 ਤੋਂ 14 ਦਸੰਬਰ ਨੂੰ ਪੱਛਮੀ ਸਿਸਟਮ ਪਹੁੰਚ ਰਿਹਾ ਹੈ ਅਤੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੱਦਲਵਾਈ ਬਣੇਗੀ, ਨਾਲ ਕਈ ਸਥਾਨਾਂ ਵਿੱਚ ਜਿਹੜਾ ਮੀਂਹ ਆ ਉਹ ਪੈਣ ਦੇ ਆਸਾਰ ਬਣੇ ਹੋਏ ਹਨ। ਮੀਂਹ ਤਕਰੀਬਨ ਕਾਫ਼ੀ ਇਲਾਕਿਆਂ ਵਿੱਚ ਪਵੇਗਾ ਅਤੇ ਕੁਝ ਇਲਾਕਿਆਂ ਵਿੱਚ ਜਿਹੜਾ ਭਾਰੀ ਮੀਂਹ ਵੀ ਪੈ ਸਕਦਾ ਹੈ। ਸੋ ਇਸ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨ ਆਪਣੀਆਂ ਖੇਤੀਬਾੜੀ ਸੰਬੰਧੀ ਕਾਰਵਾਈਆਂ ਉਹ ਕਰ ਸਕਦੇ ਨੇ। ਅਤੇ ਇਹ ਸਕਰੀਨ 'ਤੇ ਹੁਣ ਤੁਹਾਨੂੰ ਜੋ ਸ਼ੋਅ ਹੋ ਰਹੀ ਹੈ ਵੀਡੀਓ ਪੂਰੇ ਦਸੰਬਰ ਮਹੀਨੇ ਦੀ ਹੈ, ਤੁਸੀਂ ਇਸ ਨੂੰ ਵੀ ਚੈੱਕ ਕਰ ਸਕਦੇ ਹੋ। ਪੂਰੇ ਦਸੰਬਰ ਮਹੀਨੇ ਦੀ ਜਾਣਕਾਰੀ ਹੈ ਮੌਸਮ ਦੀ। ਅਤੇ ਲਗਾਤਾਰ ਅਪਡੇਟ ਲਈ ਚੈਨਲ ਨਾਲ ਬਣੇ ਰਹੋ। ਧੰਨਵਾਦ ਜੀ।